ਚੜ੍ਹਦੀ ਸਵੇਰ ਵੱਡੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਰਦਾਸਪੁਰ ਦੇ ਪਿੰਡ ਮਸਾਲਾ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਦੀ ਹਾਰਟ ਅਟੈਕ ਆਉਣ ਨਾਲ ਕੈਨੇਡਾ ਵਿੱਚ ਮੌਤ ਹੋ ਗਈ। 2019 ਵਿੱਚ ਪੜ੍ਹਾਈ ਕਰਨ ਲਈ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਮਨਪਾਲ ਸਿੰਘ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਵਿੱਚ ਸਟੱਡੀ ਵੀਜ਼ੇ 'ਤੇ ਗਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਸਤੰਬਰ 2023 ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਛਰਾਲਾ ਵਿਖੇ ਆਇਆ ਸੀ ਅਤੇ ਕੁਝ ਸਮਾਂ ਰਹਿਣ ਤੋਂ ਬਾਅਦ ਕੈਨੇਡਾ ਵਾਪਸ ਚਲਾ ਗਿਆ ਸੀ। ਉਹਨਾਂ ਨੇ ਦੱਸਿਆ ਕਿ ਦੁਬਾਰਾ ਭਾਰਤ ਆਉਣ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਅਤੇ ਆਪਣਾ ਸਮਾਨ ਵੀ ਪੈਕ ਕਰ ਲਿਆ ਸੀ, ਪਰ ਬੀਤੇ ਦਿਨ 26 ਦਸੰਬਰ ਨੂੰ ਦੁਪਹਿਰ ਕਰੀਬ 1 ਵਜੇ ਅਚਾਨਕ ਉਸਦੇ ਦਿਮਾਗ ਦੀ ਨਾੜੀ ਫਟ ਗਈ ਅਤੇ ਉਸਦੇ ਕੰਨਾਂ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ, ਜਿੱਥੇ ਕਿ ਉਸਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਂਦਾ ਗਿਆ ਅਤੇ ਇਲਾਜ ਦੌਰਾਨ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ। ਉੱਥੇ ਹੀ ਪਿਤਾ ਨੇ ਭਰੇ ਮਨ ਨਾਲ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਪੁੱਤ ਦਾ ਅਖੀਰੀ ਵਾਰੀ ਮੂੰਹ ਦੇਖ ਸਕਣ। ਇਸ ਤਰ੍ਹਾਂ ਹੀ ਜੀ, ਉਹ ਪਹਿਲਾਂ ਓਪਰੇਸ਼ਨ ਕਰਾ ਕੇ ਇੱਥੋਂ ਗਿਆ ਸੀ, 2 ਮਹੀਨੇ ਪਹਿਲਾਂ ਓਪਰੇਸ਼ਨ ਕਰਾ ਗਿਆ ਸੀ, ਉਹਦੇ ਕੰਨ ਦਰਦ ਫਿਰ ਦੁਬਾਰਾ ਸਟਾਰਟ ਹੋਈ। ਅਸੀਂ ਤਾਂ ਇਹੀ ਕਿਹਾ ਵੀ ਦੁਬਾਰਾ ਮੁੜਿਆ ਤੂੰ ਆ ਜਾ, ਕੋਈ ਗੱਲ ਨਹੀਂ। ਪਰ ਉਹ ਟਿਕਟ ਕਰਾਉਂਦਾ, ਕਦੀ 18 ਦੀ ਕਰਾ ਲਾ, ਕਦੀ 20 ਦੀ ਕਰਾ ਲਾ, ਉਸ ਤੋਂ ਬਾਅਦ ਉਹਨੇ 26 ਦੀ ਕਰਾਈ। 26 ਤੋਂ ਬਾਅਦ ਉਹਦੀ ਜਿਹੜੀ ਟੈਚੀ ਟੂਚੀ ਸਾਰੇ ਪੈਕ ਕਰ ਲਏ ਨੇ ਅਤੇ ਆਉਣ ਲੱਗਾ ਵਾ। ਉਹ ਆਉਂਦਾ ਵੀ ਮੈਨੂੰ ਉਲਟੀ ਜੀ ਆਈ ਹੈ, ਉਲਟੀ ਜੀ ਕੀਤੀ, ਉਸ ਤੋਂ ਬਾਅਦ ਉਹਨੂੰ ਅਟੈਕ ਆ ਗਿਆ ਵਾ ਅਤੇ ਉਸ ਤੋਂ ਬਾਅਦ ਉਹ ਐਂਬੂਲੈਂਸ ਆਈ ਹੈ, 2-4 ਮਿੰਟ ਦੇ ਵਿੱਚ ਉਹਨੂੰ ਲੈ ਗਈ ਹੈ। ਉਸ ਤੋਂ ਬਾਅਦ ਜੋ ਟ੍ਰੀਟਮੈਂਟ ਉੱਥੇ ਹੋਇਆ ਟੋਰਾਂਟੋ ਦੇ ਵਿੱਚ, ਉਹ ਡਾਕਟਰਾਂ ਨੇ ਕੀਤਾ, ਉਸ ਤੋਂ ਬਾਅਦ ਉਸਦੀ ਡੈਥ ਹੋ ਗਈ। ਕਿਹੜੀ ਸਨ 'ਚ ਗਿਆ ਸੀ? ਸਾਨੂੰ 2019 ਦੇ ਵਿੱਚ ਗਿਆ ਸੀ। ਕਿਹੜੀ ਸਿਟੀ ਜੀ? ਬ੍ਰੈਂਪਟਨ ਗਿਆ, ਬ੍ਰੈਂਪਟਨ ਗਿਆ ਸੀ। ਕਿੰਨੀ ਏਜ? ਕਿੰਨੀ? 24 ਸਾਲ ਦੀ ਏਜ ਜੀ। ਡੈਥ ਹੋਣ ਤੋਂ ਪਹਿਲਾਂ 1 ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ, ਉਸ ਤੋਂ ਬਾਅਦ ਉਹਦੀ ਕੋਈ ਗੱਲਬਾਤ, ਮੈਸੇਜ ਆਉਂਦੇ ਸੀ ਉਹਦੇ, ਉਸ ਤੋਂ ਬਾਅਦ ਮੈਸੇਜ ਆਉਣੇ ਵੀ ਬੰਦ ਹੋ ਗਏ। ਮੈਰਿਡ ਕਿ ਅਨਮੈਰਿਡ? ਅਨਮੈਰਿਡ। ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ, ਭਾਰਤ ਸਰਕਾਰ ਨੂੰ ਜਾਂ ਆਪਣੀ ਪੰਜਾਬ ਸਰਕਾਰ? ਭਾਰਤ ਸਰਕਾਰ ਨੂੰ ਬਈ ਇਹ ਅਪੀਲ ਕਰਦੇ ਹਾਂ ਵੀ ਇੱਥੇ ਕੰਮ ਬਾਹਰ ਵਧੀਆ ਹੋਏ ਅਤੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ। ਜੇ ਇੱਥੇ ਕੰਮ ਨਹੀਂ ਤਾਂ ਫਿਰ ਬਾਅਦ 'ਚ ਬੱਚੇ ਧੱਕੇ ਖਾਂਦੇ ਬਾਹਰ ਤੁਰੇ ਫਿਰਦੇ ਨੇ, ਮਜਬੂਰੀਆਂ ਕਰਕੇ ਜਾਣਾ ਪੈਂਦਾ, ਉੱਦਾਂ ਕੋਈ ਲੋੜ ਨਹੀਂ। ਇਹੀ ਅਪੀਲ ਕਰਦੇ ਵੀ ਇੱਥੇ ਕੋਈ ਕਾਰੋਬਾਰ ਦੇ ਸਾਧਨ ਵਧੀਆ ਹੋਣ ਅਤੇ ਬੱਚਿਆਂ ਨੂੰ ਮਾਂ ਪਿਓ ਨੂੰ ਤੰਗੀਆਂ ਨਾ ਆਉਣ ਬਾਅਦ ਦੇ ਵਿੱਚ, ਇਹੀ ਅਪੀਲ ਕਰਦੇ ਹਾਂ। ਕੀ ਕਾਰਨ ਕਿ ਆਏ ਦਿਨ ਸਾਨੂੰ ਖਬਰਾਂ ਮਿਲਦੀਆਂ ਵੀ ਕੈਨੇਡਾ ਜਾਂ ਫੋਰਨ ਕੰਟਰੀ ਤੋਂ ਐਸੇ ਹੀ ਮੰਦ ਭੰਗੀਆਂ ਘਟਨਾਵਾਂ ਹੋ ਰਹੀਆਂ, ਕੀ ਕਾਰਨ ਲੱਗਦਾ ਤੁਹਾਨੂੰ? ਇਹੀ ਕਾਰਨ ਆ ਜੀ, ਕੀ ਕਰਨਾ ਵੀ ਕੰਮ ਇੱਥੇ ਹੈ ਨਹੀਂ ਹੈ, ਉੱਥੇ ਵਿਚਾਰੇ ਬੱਚੇ ਧੱਕੇ ਖਾਂਦੇ ਫਿਰਨੇ, ਤੁਸੀਂ ਦੇਖ ਰਹੇ ਬਾਹਰ ਦੇ ਦੇਸ਼ਾਂ 'ਚ ਕਿਹੜਾ ਕੰਮ ਕੋਈ ਹੈਗਾ, ਹੈਗਾ ਕੋਈ ਕੰਮ ਤਾਂ ਹੈ ਨਹੀਂ ਹੈ ਜੀ। ਕਿਸੇ ਤੋਂ ਪੁੱਛ ਲਓ, ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲ ਰਿਹਾ, ਕੋਈ ਮੇਰਾ ਬੱਚਾ ਵਿਹਲਾ ਬੈਠਾ, ਕੋਈ ਕੁਛ ਕਰ ਰਿਹਾ, ਜੇ ਇੱਥੇ ਕੰਮ ਹੋਣ ਬਾਹਰ ਜਾਣ ਦੀ ਲੋੜ ਹੀ ਨਹੀਂ। ਇਹੀ ਅਪੀਲ ਕਰਦੇ ਹਾਂ ਸਰਕਾਰਾਂ ਨੂੰ, ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ। ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵੱਸ ਦੇ ਵਿੱਚ ਕਰਵਾਓ, ਹਰ ਸਮੱਸਿਆ ਦਾ ਸਮਾਧਾਨ ਕਰਵਾਓ। ਜਿਵੇਂ ਗ੍ਰਹਿ ਕਲੇਸ਼, ਨੌਕਰੀ ਕਾਰੋਬਾਰ, ਸੌਗਣ ਦੁਸ਼ਮਣ ਤੋਂ ਛੁਟਕਾਰਾ, ਲਵ ਮੈਰਿਜ ਪ੍ਰੋਬਲਮ, ਵਿਦੇਸ਼ ਯਾਤਰਾ, ਕੋਰਟ ਕੇਸ, ਪਤੀ ਪਤਨੀ ਦੇ ਵਿੱਚ ਕਲੇਸ਼, ਲਾਟਰੀ ਸੱਟਾ ਨੰਬਰ, ਜਾਦੂ ਟੋਣਾ, ਕੀਤਾ ਕਿਰਾਇਆ, ਰੁੱਸੇ ਨੂੰ ਬਣਾਉਣਾ, ਵੀਜ਼ਾ ਪ੍ਰੋਬਲਮ, ਗ੍ਰੀਨ ਕਾਰਡ, ਹੁਣੇ ਕਾਲ ਕਰੋ ਮੀਆਂ ਸਮਰ ਜੀ 73409 36488 73409 36488।